ਮੁੰਡੇ ਤੂੰ ਤਿਲਕ ਦਾ ਜਾਵੇ, 17 ਵਾਲ ਖਾਵੇ, ਦੁਪੱਟਾ ਤੇਰਾ 7 ਰੰਗ ਦਾ, ਹੀਰੀਏ ਦੁਪੱਟਾ ਤੇਰਾ 7 ਰੰਗ ਦਾ, ਸੋਹਣੀਏ ਦੁਪੱਟਾ ਤੇਰਾ 7 ਰੰਗ ਦਾ। ਹੈਲੋ ਫਰੈਂਡਸ, ਗੁੱਡ ਈਵਨਿੰਗ, ਅਦਾ ਪ੍ਰਣਾਮ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਠੀਕ ਠਾਕ ਹਾਂ ਫਰੈਂਡਸ, ਉਮੀਦ ਕਰਦੀ ਹਾਂ ਆਪ ਵੀ ਸਾਰੇ ਠੀਕ ਠਾਕ ਹੋਵੋਗੇ। ਮੈਂ ਬੇਹੱਦ ਖੁਸ਼ ਹਾਂ, ਜਿਹੜੇ ਵੀ ਭੈਣ ਭਾਈ ਨੂੰ, ਵੀਰ ਭਰਾ ਨੂੰ ਮੈਂ ਰਿਕੁਐਸਟ ਕੀਤੀ ਸਬਸਕ੍ਰਾਈਬ ਕਰਨ ਲਈ, ਤਾਂ ਉਹਨਾਂ ਨੇ ਮੇਰੀ ਮੰਨੀ ਆ, ਅਤੇ ਮੈਂ ਖੁਸ਼ ਹਾਂ। ਮੇਰੇ ਹੌਲੀ ਹੌਲੀ ਜਿਹੜੇ ਯੂਟਿਊਬ ਫੈਮਿਲੀ ਹੈ ਉਹ ਇਨਕਰੀਜ਼ ਕਰ ਰਹੀ ਹੈ, ਵੱਧ ਰਹੀ ਹੈ, ਤਾਂ ਮੈਂ ਖੁਸ਼ ਹਾਂ। ਅਤੇ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਖੁਸ਼ ਹੋਵੋਗੇ ਅਤੇ ਆਪਦੇ ਚੰਗੇ ਚੰਗੇ ਕੰਮਾਂ 'ਚ ਰੁੱਝੇ ਹੋਏ ਹੋਵੋਗੇ। ਸੋ ਫਰੈਂਡਸ, ਇਹ ਜੋ ਯੂਟਿਊਬ ਦਾ ਮਾਧਿਅਮ ਹੈ, ਸਾਰਿਆਂ ਦੇ ਮਿਲਣ ਗਿਲਣ ਦਾ ਇੱਕ ਮੰਚ ਹੈ, ਜਿੱਥੇ ਅਸੀਂ ਸਾਰੇ ਵਿਚਾਰ ਆਪਣੇ, ਚੰਗੇ ਚੰਗੇ ਵਿਚਾਰ, ਚੰਗੇ ਚੰਗੇ ਆਈਡੀਆਜ਼, ਆਪਣੀ ਕਲਾ ਜਿਹੜੀ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ। ਸੋ ਫਰੈਂਡਸ, ਮੈਂ ਹੁਣੇ ਗਾ ਰਹੀ ਸੀ ਦੁਪੱਟੇ ਬਾਰੇ, ਅਤੇ ਉਹ ਸੀ ਨਾ ਜਿਹੜਾ, ਅਜਿਹਾ ਹੋਣਾ ਨਹੀਂ ਚਾਹੀਦਾ, ਕਿਉਂਕਿ ਦੁਪੱਟਾ ਇੱਕ ਜਿਹੜੀ ਔਰਤ ਆ ਉਹਦੇ ਸਿਰ ਦੀ ਸ਼ਾਨ ਹੈ, ਇੱਕ ਸ਼ਾਲੀਨਤਾ ਜਿਹਨੂੰ ਕਹਿ ਦਿੰਦੇ ਹਾਂ ਅਸੀਂ, ਇੱਕ ਸਾਦਗੀ ਹੈ, ਇੱਕ ਸੁਹੱਪਣ ਹੈ, ਇੱਕ ਗਹਿਣਾ ਵਾ ਔਰਤ ਦਾ ਜਿਹੜਾ ਦੁਪੱਟਾ ਵਾ। ਇਸ ਲਈ ਸਾਨੂੰ ਦੁਪੱਟਾ ਕਦੇ ਵੀ ਸਿਰ ਤੋਂ ਨਹੀਂ ਉਤਾਰਨਾ ਚਾਹੀਦਾ, ਅਤੇ ਹੌਲੀ ਹੌਲੀ ਇਹ ਸਿਰ ਤੋਂ ਜਿਹੜਾ ਦੁਪੱਟਾ ਉਤਰਿਆ ਅਤੇ ਫਿਰ ਇਹ ਮੋਢੇ 'ਤੇ ਆ ਗਿਆ, ਮੋਢੇ ਤੋਂ ਉਤਰਿਆ ਅਤੇ ਫਿਰ ਇਹ ਬਿਲਕੁਲ ਹੀ ਅਲੱਗ ਹੋ ਗਿਆ, ਇੱਕ ਜਿਹੜੀ ਔਰਤ ਹੈ ਜਾਂ ਲੜਕੀ ਹੈ ਜਿਹਦਾ ਇਹ ਗਹਿਣਾ ਸੀਗਾ। ਜਦੋਂ ਇਹ ਗਹਿਣਾ ਹੀ ਅਸੀਂ ਪਰੇ ਕਰਕੇ ਰੱਖਤਾ ਤਾਂ ਸਾਡੇ ਪੱਲੇ ਕੀ ਰਹਿ ਗਿਆ ਜੀ? ਅਤੇ ਵੈਸਟਰਨ ਕੱਪੜਿਆਂ ਦੀ ਭਰਮਾਰ ਆ। ਅਤੇ ਮੈਂ ਤਾਂ ਇਹੀ ਕਹੂੰਗੀ ਵੀ ਸਾਰੀਆਂ ਭੈਣਾਂ ਨੂੰ, ਆਪਣੇ ਬੱਚੀਆਂ ਨੂੰ, ਆਪਣੀਆਂ ਧੀਆਂ ਨੂੰ, ਆਪਣੀਆਂ ਭੈਣਾਂ ਨੂੰ ਸਾਨੂੰ ਇਹੀ ਸਿੱਖਿਆ ਦੇਣੀ ਚਾਹੀਦੀ ਹੈ ਵੀ ਸਾਡਾ ਕਲਚਰ ਇਹੀ ਆ, ਸਲਵਾਰ ਕਮੀਜ਼ ਪਹਿਨਣਾ ਅਤੇ ਦੁਪੱਟਾ। ਦੁਪੱਟੇ ਦਾ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ ਖਾਸ ਮਹੱਤਵ ਹੈ, ਅਤੇ ਜੇ ਅਸੀਂ ਦੁਪੱਟੇ ਬਾਰੇ ਨਾ ਦੱਸਿਆ ਬੱਚਿਆਂ ਨੂੰ ਤਾਂ ਫਿਰ ਸਾਡਾ ਕੀ ਫਾਇਦਾ ਵਾ? ਅਤੇ ਸੋ ਫਰੈਂਡਸ, ਦੋਸਤੋ, ਅੱਜ ਦਾ ਜਿਹੜਾ ਵੀਡੀਓ ਆ, ਮੈਂ ਦੁਪੱਟੇ ਦਾ ਵਾਅਦਾ ਕੀਤਾ ਸੀ, ਇੱਕ ਨਾਰੀ ਵਾਲਾ ਵੀਡੀਓ ਮੈਂ ਸ਼ੇਅਰ ਕਰਤਾ ਸੀ, ਅਤੇ ਇਹ ਪੈਚਿਸ ਦਾ ਮੈਂ ਕਰਨਾ ਸੀ, ਤਾਂ ਅੱਜ ਆਪਾਂ ਇਹ ਪੈਚ ਲਾ ਕੇ ਦਿਖਾਉਂਦੇ ਹਾਂ ਜੀ। ਬਹੁਤ ਜ਼ਿਆਦਾ ਮੁਸ਼ਕਲ ਨਹੀਂ ਹੈ, ਈਜ਼ੀ ਹੋਈ ਆ। ਅਤੇ ਆਪਾਂ ਹੁਣ ਚੱਲਦੇ ਹਾਂ ਮਸ਼ੀਨ 'ਤੇ, ਅਤੇ ਆਪਾਂ ਜਿਹੜਾ ਇਹ ਵੀਡੀਓ ਆ ਬਣਾਉਂਦੇ ਹਾਂ ਮਸ਼ੀਨ 'ਤੇ ਜਾ ਕੇ। ਮੈਂ ਇਹ ਤੁਹਾਡਾ ਜਿਹੜਾ ਹੈਗਾ ਪੈਚ ਲਾਉਣਾ, ਬਣਾਉਣਾ ਅਤੇ ਲਾਉਣਾ ਦਿਖਾਊਂਗੀ। ਸੋ ਫਰੈਂਡਸ, ਆ ਜਾਓ, ਚੱਲਦੇ ਹਾਂ ਮੇਰੀ ਵੀਡੀਓ 'ਚ। ਸਾਰਿਆਂ ਦਾ ਮੇਰੀ ਵੀਡੀਓ ਦੇ ਵਿੱਚ ਬਹੁਤ ਬਹੁਤ ਸਤਿਕਾਰ ਹੈ, ਬਹੁਤ ਬਹੁਤ ਜੀ ਆਇਆਂ ਆਖਦੀਆਂ, ਸਾਰਿਆਂ ਦਾ ਸਵਾਗਤ ਹੈ ਜੀ। ਚਲੋ ਚੱਲਦੇ ਹਾਂ ਮੇਰੀ ਵੀਡੀਓ 'ਚ। ਹਾਂਜੀ ਫਰੈਂਡਸ, ਇੱਕ ਵਾਰੀ ਤੁਹਾਡਾ ਮੇਰੇ ਚੈਨਲ 'ਤੇ ਫਿਰ ਤੋਂ ਸਵਾਗਤ ਆ। ਅਤੇ ਆਹ ਮੈਂ ਇੰਨੇ ਸਾਰੇ ਪੈਚ ਆ ਜਿਹੜੇ ਕੱਟ ਲਏ ਨੇ, ਜਿੰਨੇ ਵੀ ਸਾਨੂੰ ਚਾਹੀਦੇ ਆ ਦੁਪੱਟੇ 'ਤੇ ਲਾਉਣ ਲਈ। ਤਾਂ ਆਪਾਂ ਇੱਕ ਪੈਚ ਲਵਾਂਗੇ, ਇਹਦਾ ਸਿੱਧਾ ਪਾਸਾ ਪੈਚ ਦਾ ਆਪਾਂ ਰੱਖ ਲੈਣਾ ਜੀ। ਪੈਚ ਦਾ ਸਿੱਧਾ ਪਾਸਾ ਰੱਖਿਆ, ਅਤੇ ਆਹ ਮੇਰੇ ਕੋਲ ਜਿਹੜੀ ਹੈਗੀ ਆ ਲੈਸ, ਆਹ ਲੈਸ ਦਾ ਆਪਾਂ ਪੁੱਠਾ ਪਾਸਾ ਰੱਖਣਾ। ਆਹ ਇਹਦਾ ਸਿੱਧਾ ਪਾਸਾ ਐਵੇਂ ਉਲਟਾ ਕਰਕੇ ਆਹ ਜਿਹੜੀ ਕਿਨਾਰੀ ਅੰਦਰ ਨੂੰ ਰੱਖਾਂਗੇ, ਆਹ ਪੈਚ ਦੇ ਅੰਦਰ ਨੂੰ ਕਿਨਾਰੀ ਰੱਖਣੀ ਆ ਐਵੇਂ ਕਰਕੇ। ਆਪਾਂ ਪੈਚ ਦੇ ਉੱਤੇ ਰੱਖ ਲੈਂਦੇ ਹਾਂ ਜੀ, ਦੇਖੋ
ਅਤੇ ਆਰਾਮ ਜਿਹੇ ਨਾਲ ਲਾਉਣੀ ਹੈ ਥੋੜ੍ਹੀ ਜਿਹੀ। ਇੱਕ ਵਾਰੀ ਬਣਾ ਲਈਏ, ਇੱਕ ਵਾਰੀ ਸਾਰੇ ਪੈਚ ਬਣਾ ਕੇ ਪ੍ਰੈੱਸ ਕਰਕੇ ਅਤੇ ਫਿਰ ਈਜ਼ੀ ਹੋ ਜਾਂਦਾ। ਮੈਂ ਬਣਾਉਣ ਦੇ ਮਾਰੇ ਹੁਣ ਬਣਾਉਣ ਲੱਗੀ ਹਾਂ ਤੁਹਾਡੇ ਸਾਹਮਣੇ। ਮੈਂ ਹੌਲੀ ਕੁ ਦਿਨ ਇਹਨੂੰ ਕਰਾਉਣਾ ਵਾ, ਬਾਬਾ ਥੋੜ੍ਹਾ ਜਿਹਾ ਮੋਟਾ ਕਰਕੇ ਰੱਖਣਾ ਵਾ। ਅਤੇ ਆਹ ਕਿਨਾਰੇ ਤੋਂ ਨਾ ਇੱਕ ਪੈਰ ਦਾ ਜਿਹੜਾ ਮਾਰਜਨ ਛੱਡ ਦੇਣਾ, ਇਹ ਮਾਰਜਨ ਛੱਡ ਕੇ ਜਦੋਂ ਇਹਨੂੰ ਅਸੀਂ ਮੋਲਡ ਕਰਨਾ ਇੱਕ ਪਾਸੇ, ਜਾਣੀ ਮੋੜਨਾ ਵਾ ਇਹਨੂੰ, ਕੋਰਨਰ ਬਣਾਉਣਾ। ਇੱਥੇ ਪੂਰੀ ਤਰ੍ਹਾਂ ਕੋਰਨਰ ਤਾਂ ਖੈਰ ਨਹੀਂ ਬਣਦਾ, ਫਿਰ ਵੀ ਅਸੀਂ ਆਪਣਾ ਜਿਹੜਾ ਗੋਟਾ ਉਹ ਤਾਂ ਮੋੜਨਾ ਹੀ ਆ। ਇੱਥੋਂ ਕਰਕੇ ਇੱਥੋਂ ਇਹਨੂੰ ਦਬਾ ਕੇ ਇੱਦਾਂ ਕਰਕੇ ਇਹਦੇ ਉੱਤੇ ਆਪਣਾ ਗੋਟੇ ਦੇ ਉੱਤੇ ਮਸ਼ੀਨ ਆ ਜਿਹੜੀ ਅੰਦਰ ਹੀ ਰੱਖਣੀ ਹੈ ਗੋਟੇ ਦੇ, ਅਤੇ ਇੱਧਰੋਂ ਵੀ ਇੱਕ ਪੈਰ ਤੋਂ ਥੋੜ੍ਹਾ ਜਿਹਾ ਵੱਧ ਹੀ ਰੱਖਣੀ। ਜਿਹੜੀ ਸਿਲਾਈ ਵੀ ਆਉਂਦੀ ਆ ਗੋਟੇ ਦੇ ਵਿੱਚ, ਉੱਥੇ ਹੀ ਅਸੀਂ ਸਿਲਾਈ ਲਾਉਂਦੇ ਹਾਂ। ਆਹ ਆਪਣੀ ਸਿਲਾਈ ਲੱਗ ਗਈ ਇੱਧਰ, ਹੁਣ ਆਪਾਂ ਇੱਧਰ ਨੂੰ ਵੀ ਐਵੇਂ ਕਰਨਾ, ਚਾਰੇ ਕੋਰਨਰ ਐਵੇਂ ਬਣਾਉਣੇ। ਇੱਥੋਂ ਦਬਾ ਕੇ ਇੱਦਾਂ ਦਬਾ ਕੇ ਇਹਨੂੰ ਥੋੜ੍ਹਾ ਜਿਹਾ ਦਬਾ ਦੇਣਾ ਕਿਨਾਰੇ ਦੇ, ਅਤੇ ਸੂਈ ਉਹਦੇ ਉੱਤੇ ਹੀ ਰੱਖਣਾ। ਬਿਲਕੁਲ ਕੋਰਨਰ ਤਿਆਰ ਸੀ ਨਾ, ਆਪਾਂ ਇੱਕ ਪੈਰ ਦਾ ਮਾਰਜਨ ਛੱਡ ਕੇ ਫਿਰ ਇਹਨੂੰ ਘੁਮਾਉਣਾ ਵਾ। ਕੱਪੜਾ ਘੁਮਾ ਲਿਆ ਪਹਿਲਾਂ ਆਪਾਂ, ਫਿਰ ਇਹਨੂੰ ਇੱਥੋਂ ਦਬਾ ਕੇ ਇੱਦਾਂ ਇੱਦਾਂ ਕਰਕੇ ਦਬਾ ਕੇ ਆਪਾਂ ਲੈਸ ਨੂੰ ਘੁਮਾ ਲੈਣਾ। ਸੂਈ ਤਾਂ ਲੈਸ ਦੇ ਉੱਤੇ ਹੀ ਆ, ਅਤੇ ਇੱਥੇ ਸਿਰੇ 'ਤੇ ਆ ਕੇ ਜਿਹੜਾ ਦੂਜਾ ਨਾੜ ਆ ਉਹਦੇ ਉੱਤੇ ਤੱਕ ਚੜਾ ਦੇਣਾ ਆਪਾਂ। ਦੇਖੋ ਕਦੋਂ ਕਦੇ ਖਿੱਚਿਆ ਜਾਂਦਾ, ਅਤੇ ਆਪਾਂ ਜਿਹੜਾ ਇਹਨੂੰ ਇੱਥੋਂ ਥੋੜ੍ਹਾ ਜਿਹਾ ਪੱਕਾ ਕਰ ਲੈਣਾ। ਹੁਣ ਇਸ ਤਰ੍ਹਾਂ ਦਾ ਆਹ ਜਿਹੜਾ ਪੈਚ ਆ ਸਾਡੇ ਕੋਲ ਤਿਆਰ ਹੋ ਗਿਆ। ਹੁਣ ਆਪਾਂ ਕੀ ਕਰਨਾ, ਆਹ ਜਿਹੜੇ ਕੋਰਨਰ ਨੇ ਨਾ ਇਹਨਾਂ ਨੂੰ ਵਿੱਚੋਂ ਐਂ ਸਮਾਰ ਕੇ ਕੱਢ ਲੈਣਾ ਮੈਂ, ਐਂ ਕਰਕੇ ਐਨ ਖੂਨ ਦੇ ਨਾਲ, ਚਾਹੇ ਤਾਂ ਨਹੁੰ ਨਾਲ ਐਵੇਂ ਕਰ ਲਓ, ਨਹੀਂ ਮੈਂ ਤਾਂ ਫਿਰ ਇਕੱਠੀ ਪੈਚ ਬਣਾਉਂਗੀ ਨਾ, ਜਿਵੇਂ ਮੈਂ ਉਹ 5-7 ਬਣਾਏ ਸੀ, ਫਿਰ ਕੋਵੇਲਾ ਹੁੰਦਾ ਸੀ, ਸ਼ਾਮ ਹੋ ਜਾਣੀ ਸੀ, ਵੀਡੀਓ ਵਧੀਆ ਨਹੀਂ ਸੀ ਬਣਨੀ, ਅਤੇ ਸਾਰੇ ਇੱਕ ਦਿਨ ਮੇਰੇ ਕੋਲ ਲੱਗਣੇ ਵੀ ਨਹੀਂ। ਆਹ ਦੇਖੋ ਇਹਨੂੰ ਇਸ ਤਰ੍ਹਾਂ ਪ੍ਰੈੱਸ ਕਰ ਦੇਣਾ ਅੰਦਰ ਨੂੰ, ਆਹ ਗੋਟਾ ਜਿਹੜਾ ਇਹਨੂੰ ਥੱਲੇ ਨੂੰ ਅੰਦਰ ਨੂੰ ਪ੍ਰੈੱਸ ਕਰ ਦੇਣਾ, ਇੱਥੋਂ ਨਹੁੰ ਦੇ ਨਾਲ ਪੂਰੀ ਤਰ੍ਹਾਂ ਨਾਲ ਪ੍ਰੈੱਸ ਕਰ ਲੈਣਾ। ਆਹ ਦੇਖੋ, ਅਤੇ ਦਬਾ ਦੇਣਾ ਇਹਨੂੰ ਚੰਗੀ ਤਰ੍ਹਾਂ। ਆਹ ਦੇਖੋ ਇਹਦੇ ਕੋਰਨਰ ਆ ਜਿਹੜੇ ਨਿਕਲਿਆ ਹੈ ਬਾਹਰ। ਆਹ ਦੇਖੋ ਪੈਚ ਆ ਜਿਹੜਾ ਇਸ ਤਰ੍ਹਾਂ ਤਿਆਰ ਹੋ ਗਿਆ। ਹੁਣ ਆਪਾਂ ਜਿੱਥੇ ਲਾਉਣਾ ਵਾ ਦੁਪੱਟਾ, ਹੈ ਨਾ, ਦੁਪੱਟੇ ਦੇ ਨਿਸ਼ਾਨ ਮੇਰੇ ਲਾਏ ਹੋਏ ਨੇ ਕਿੱਥੇ ਕਿੱਥੇ ਆਪਾਂ ਲਾਉਣੇ ਆ, ਅਤੇ ਆਪਾਂ ਉੱਥੇ ਇਹਨੂੰ ਥੋੜ੍ਹਾ ਜਿਹਾ ਪਿੰਨ ਦੇ ਨਾਲ ਸਟਿੱਕ ਕਰ ਲੈਣਾ, ਜਾਣੀ ਕਿ ਜਿਹੜਾ ਸਾਡਾ ਪੈਚ ਆ ਹਿੱਲੇ ਨਾ। ਇੱਧਰ ਪਿੰਨ ਲੱਗ ਗਈ, ਦੂਜੇ ਪਾਸੇ ਲਾਉਂਦੀ ਹਾਂ ਮੈਂ। ਆਹ ਦੇਖੋ ਜੀ ਆਹ ਕੋਰਨਰ ਆ, ਆਹ ਇੱਕ ਕੋਰਨਰ ਆਪਣਾ, ਆਹ ਮੇਰਾ ਨਿਸ਼ਾਨ ਲੱਗਿਆ ਹੋਇਆ ਇੱਥੇ ਜਿੱਥੇ ਆਪਾਂ ਲਾਉਣਾ, ਇਹਨੂੰ ਇਹ ਨਿਸ਼ਾਨ ਦੇ ਉੱਤੇ ਇੱਦਾਂ ਰੱਖ ਲਓ, ਰੱਖ ਲਿਆ ਜੀ। ਇਹਦੇ ਉੱਤੇ ਮੇਰੇ ਕੋਲ ਪੈਨ ਨਹੀਂ, ਆਹ ਮਸ਼ੀਨ ਦੀ ਸੂਈ ਹੋਈ ਆ, ਮੈਂ ਇਹ ਲਾ ਦਿੰਦੀ ਹਾਂ। ਇਹਦੇ ਨਾਲ ਆਪਾਂ ਇਹਨੂੰ ਐਵੇਂ ਸਟਿੱਕ ਕਰ ਲਓ, ਇਹ ਹਿੱਲੇ ਨਾ ਬਸ। ਅਤੇ ਹੁਣ ਬਸ ਬਹੁਤ ਹੀ ਈਜ਼ੀ ਤਰੀਕੇ ਨਾਲ ਆਪਾਂ, ਬਹੁਤ ਹੀ ਸੌਖੇ ਢੰਗ ਨਾਲ ਆਪਾਂ ਨਾ ਇਹਦੇ ਉੱਤੇ 4 ਸਫੇਰੇ ਸਿਲਾਈ ਲਾਉਣੀ ਆ, 4 ਸਫੇਰੇ ਆਪਾਂ ਸਿਲਾਈ ਲਾਉਣੀ ਆ ਜੀ। ਆਹ ਦੇਖੋ ਜੀ ਇੱਥੇ ਕੋਰਨਰ ਜਿਹਾ ਬਣਿਆ ਹੋਇਆ ਨਾ, ਥੱਲੇ ਗੁੜਦੁੱਬ ਜਿਹਾ ਹੋਇਆ ਹੋਇਆ ਵਾ, ਅਤੇ ਥੋੜ੍ਹਾ ਜਿਹਾ ਆਪਾਂ ਨੂੰ ਬਚਾ ਕੇ ਜਿਹੜੀ ਸੂਈ ਆ, ਆਪਾਂ ਸੂਈ ਨਾ ਟੁੱਟੇ ਨਾ ਹੀ ਕੋਈ ਕੰਮ ਖੜ੍ਹੇ, ਅਤੇ ਆਪਾਂ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਹੌਲੀ ਹੌਲੀ ਕਰਕੇ ਐਵੇਂ ਕਰਕੇ ਐਵੇਂ ਕਰਕੇ ਬਣਾ ਲਾ।
ਉਹਦੇ ਵਿੱਚ ਬਾਲ ਮਾਰੇ ਜਿੱਥੋਂ ਮੋੜਨਾ ਉੱਥੇ ਵੀ ਸੂਈ ਅੰਦਰ ਹੀ ਰਹਿਣ ਦੇਣੀ ਆਪਾਂ, ਸੂਈ ਦੁਪੱਟੇ ਦੇ ਅੰਦਰ ਹੀ ਰਹੇ, ਪੈਚ ਦੇ ਦੁਪੱਟੇ ਦੇ ਅੰਦਰ। ਆਪਣਾ ਗਿਆ ਜੀ ਤੀਸਰਾ ਕੋਨਾ, ਆ ਗਿਆ ਜੀ ਆ ਲਾਸਟ ਕੋਨਾ ਵਾ। ਅੱਜ ਧਾਗੇ ਆਪਾਂ ਨਾਲੋਂ ਨਾਲ ਕੱਟੀ ਜਾਓ ਤਾਂ ਕਿ ਬਾਅਦ 'ਚੋਂ ਕੋਈ ਦਿੱਕਤ ਆਉਂਦੀ ਹੈ ਇਹਨਾਂ ਦੀ, ਇਹਦੇ ਨਾਲ ਫਿਨਿਸ਼ਿੰਗ ਵੀ ਨਹੀਂ ਵਧੀਆ ਆਉਂਦੀ। ਆਹ ਧਾਗਾ ਆਪਾਂ ਕੱਟ ਦੇਣਾ ਅਤੇ ਇੱਧਰੋਂ ਮਾੜਾ ਜਿਹਾ ਆਪਾਂ ਉਂਗਲੀ ਨੂੰ ਪ੍ਰੈਸ ਕਰਕੇ ਆਹ ਲਾਸਟ ਵਾਲੀ ਸਾਈਡ ਨੂੰ ਆਪਣੀ ਪੈ ਕੇ ਇੱਥੇ ਥੋੜ੍ਹਾ ਜਿਹਾ ਪਿੱਛੇ ਨੂੰ ਮੋੜ ਕੇ ਆਪਾਂ ਪੱਕਾ ਕਰ ਦੇਣਾ। ਆਹ ਲਓ ਜੀ ਸਾਡਾ ਜਿਹੜਾ ਪੈਚ ਆ ਲੱਗ ਗਿਆ, ਇੰਨਾ ਹੀ ਕੰਮ ਆ। ਅਤੇ 2 ਮਿੰਟ ਲੱਗਦੇ ਬਣਾਉਣ ਨੂੰ ਅਤੇ 2 ਮਿੰਟ ਲੱਗਦੇ ਲਾਉਣ ਨੂੰ। ਅਤੇ ਹੁਣ ਆਪਾਂ ਜਿਹੜਾ ਆਹ ਪਿੰਨਾ ਕੱਢ ਦੇਣਾ ਅਤੇ ਥੱਲੇ ਵਾਲਾ ਧਾਗਾ ਵੀ ਕੱਟ ਦੇਣਾ, ਮੈਂ ਭੁੱਲ ਗਈ। ਆਹ ਦੇਖੋ ਜੀ ਇਹ ਆਪਣਾ ਪੈਚ ਆ ਜਿਹੜਾ ਵਧੀਆ ਤਰੀਕੇ ਨਾਲ ਲੱਗ ਕੇ ਜਿਹੜਾ ਤਿਆਰ ਹੋ ਗਿਆ ਵਾ। ਆਹ ਦੇਖੋ ਇਸੇ ਤਰ੍ਹਾਂ ਸਾਰੇ ਦੁਪੱਟੇ 'ਚ ਆਪਾਂ ਪੈਚ ਲਾ ਲੈਣੇ ਆ। ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਊਗਾ, ਈਜ਼ੀ ਵੀ ਲੱਗਿਆ ਹੋਊਗਾ। ਅਤੇ ਇਸੇ ਤਰ੍ਹਾਂ ਦੁਪੱਟਾ ਜਿਹੜਾ ਹੈਵੀ ਵੀ ਹੋ ਜਾਂਦਾ ਉੱਪਰ ਲਿਆ, ਸੋਹਣਾ ਵੀ ਲੱਗਦਾ। ਅਤੇ ਜੇ ਤੁਸੀਂ ਯਕੀਨ ਰੱਖਦੇ ਹੋ ਵੀ ਟਰੈਂਡ ਦੇ ਹਿਸਾਬ ਨਾਲ ਚੱਲਦੇ ਤਾਂ ਵੀ ਵਧੀਆ ਲੱਗਦਾ। ਅਤੇ ਮੈਨੂੰ ਵੀ ਵਧੀਆ ਲੱਗਿਆ ਸੀ ਇਹ ਦੁਪੱਟਾ। ਅਤੇ ਇੱਦਾਂ ਦਾ ਮੇਰਾ ਸੂਟ ਆ, ਸੂਟ 'ਤੇ ਵੀ ਪੈਚ ਲਾਏ ਨੇ ਮੈਂ ਯੈਲੋ ਕਲਰ ਦੇ, ਆ ਗਰਾਊਂਡ ਜਿਹੜੀ ਸ਼ੇਡ ਆ ਉਹ ਵੀ ਮੈਂ ਹੋ ਸਕਿਆ ਤਾਂ ਸ਼ੇਅਰ ਕਰੂੰਗੀ। ਸੋ ਫਰੈਂਡ ਅੱਜ ਦੀ ਵੀਡੀਓ ਇੰਨੀ ਆ, ਜਿੰਨਾ ਮੈਂ ਇਹਦਾ ਵੀਡੀਓ ਲੰਬਾ ਬਣ ਗਿਆ ਸੀ ਨਾ ਇਹਦੇ ਵਾਲਾ, ਉਨਾ ਹੀ ਇਹ ਮੈਂ ਈਜ਼ੀ ਬਣਾਇਆ, ਕਿਉਂਕਿ ਮੈਂ ਬਾਕੀ ਦਾ ਫੇਰ ਲਾ ਲੂੰਗੀ। ਅਤੇ ਵੀਡੀਓ ਲੰਬਾ ਨਹੀਂ ਕਰਨਾ, ਅਤੇ ਵੀਡੀਓ ਦੇਖਿਓ ਜ਼ਰੂਰ, ਸਾਰਾ ਵਾਚ ਕਰਿਓ ਜੀ। ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਵੀਡੀਓ ਦੇਖਦੇ ਹੋ, ਫਿਰ ਕਮੈਂਟਸ ਕਰਦੇ ਹੋ, ਲਾਈਕ ਕਰਦੇ ਹੋ, ਵੱਧ ਤੋਂ ਵੱਧ ਲਾਈਕ ਕਰਿਆ ਕਰੋ। ਅਤੇ ਅੱਜ ਲਈ ਇੰਨਾ ਹੀ ਆ ਜੀ, ਫਿਰ ਮਿਲਦੇ ਹਾਂ ਕਿਸੇ ਨਵੇਂ ਵੀਡੀਓ 'ਚ। ਤਦ ਤੱਕ ਲਈ, ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤਦ ਤੱਕ ਲਈ ਸਾਰਿਆਂ ਦਾ ਰੱਬ ਰੱਖਾ, ਰਾਜ਼ੀ ਰਹੋ, ਖੁਸ਼ੀ ਰਹੋ, ਸੁਖੀ ਰਹੋ ਅਤੇ ਆਪਣੇ ਚੰਗੇ ਚੰਗੇ ਕੰਮਾਂ 'ਚ ਵਿਅਸਤ ਰਹੋ, ਪੋਜ਼ਿਟਿਵ ਰਹੋ। ਅਤੇ ਓਕੇ ਫਰੈਂਡਸ, ਬਾਏ ਬਾਏ, ਟੇਕ ਕੇਅਰ।